ਸਤ ਸੰਗਤ ਜੀਓ ਗੁਰੂ ਘਰ ਜਾਂਦੇ ਸਮੇਂ ਇਹ ਸ਼ਬਦ ਦਾ ਜਾਪ ਸਾਨੂੰ ਜ਼ਰੂਰ ਕਰਨਾ ਚਾਹੀਦਾ ਹੈ 15 ਦਿਨ ਜ਼ਰੂਰ ਕਰਿਓ ਫਿਰ ਦੇਖਣਾ ਚਮਤਕਾਰ ਝੋਲੀਆਂ ਭਰ ਕੇ ਜਾਓਗੇ ਦੁੱਗਣੀ ਧਨ ਦੌਲਤ ਗਰੰਟੀ ਹੈ ਤੁਹਾਨੂੰ ਮਿਲੇਗੀ ਸੋ ਪਿਆਰਿਓ ਆਪਾਂ ਗੁਰੂ ਘਰ ਜਾਂਨੇ ਆ ਤੇ ਗੁਰੂ ਘਰ ਮੱਥਾ ਟੇਕ ਕੇ ਮੁੜਾਉਨੇ ਆ ਪਰ ਕਦੇ ਇੱਕ ਇਹ ਗੱਲ ਕਦੇ ਨਹੀਂ ਸੋਚੀ ਕਿ ਅਸੀਂ ਜਿਸ ਗੁਰੂ ਕੋਲੇ ਚੱਲੇ ਆ ਉਹ ਸਤਗੁਰ ਸੱਚੇ ਪਾਤਸ਼ਾਹ ਕਿੰਨਾ ਮਹਾਨ ਹੈ ਉਹਦੇ ਕੋਲੇ ਰਾਜੇ ਵੀ ਵੱਡੇ ਵੱਡੇ ਮੰਤਰੀ ਵੀ ਮੰਗਣ ਲਈ ਆਉਂਦੇ ਨੇ ਅਸੀਂ ਉਹਦੇ ਕੋਲ ਚੱਲੇ ਆ ਜਿਹੜਾ ਦਾਤਾਂ ਵੰਡਦਾ ਥੱਕਦਾ ਨਹੀਂ ਅਸੀਂ ਦਾਤਾਂ ਮੰਗਦੇ ਥੱਕ ਜਾਂਦੇ ਆ ਦੇਂਦਾ ਦੇ ਲੈਂਦੇ ਥੱਕ ਪਾਹੀ ਇਹ ਉਹ ਪਾਤਸ਼ਾਹ ਹੈ ਪਿਆਰਿਓ ਸਾਡੇ ਮਨ ਦੇ ਵਿੱਚ ਗੌਰਵ ਹੋਵੇ ਸਾਡੇ ਮਨ ਦੇ ਵਿੱਚ ਮਾਣ ਹੋਵੇ ਗੁਰੂ ਤੇ ਬਹੁਮਾਨ ਕੀਆ ਤੁਧ ਉਪਰੇ ਇਹ ਇਹ ਜਿਹੜੀ ਭਾਵਨਾ ਹੈ ਨਾ ਇਹ ਪੰਕਤੀ ਹੈ ਸਾਡੇ ਮਨ ਦੇ ਵਿੱਚ ਹੋਵੇ ਕਿ ਮਾਣ ਹੋਵੇ ਗੁਰੂ ਤੇ ਵੀ ਅਸੀਂ ਉਸ ਸਤਿਗੁਰੂ ਕੋਲ ਚੱਲੇ ਆਂ ਅਸੀਂ ਉਸ ਪਾਤਸ਼ਾਹ ਦੇ ਕੋਲ ਚੱਲੇ ਆਂ ਜਿਹੜਾ ਸਤਿਗੁਰੂ ਸੱਚੇ ਪਾਤਸ਼ਾਹ ਬਹੁਤ ਮਹਾਨ ਹੈ ਜਿਹੜੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਅਸੀਂ ਕੋਲੇ ਚੱਲੇ ਆਂ ਉਹ ਦਾਤਾਂ ਦਿੰਦਾ ਨਹੀਂ ਥੱਕਦਾ ਉਹ ਪਾਤਸ਼ਾਹ ਇੰਨਾ ਮਹਾਨ ਹੈ ਉਹ ਬੜਾ ਮਹਾਨ ਹੈ ਗੁਰੂ ਬੜਾ ਮਹਾਨ ਹੈ ਉਹ ਸਤਿਗੁਰੂ ਉਹ ਇੰਨਾ ਮਹਾਨ ਹੈ ਪਿਆਰਿਓ ਸੋ ਜਦੋਂ ਵੀ ਗੁਰੂ ਘਰ ਜਾਈਏ ਪਿਆਰਿਓ ਤਾਂ ਇਹ ਜ਼ਰੂਰ ਜਾਪ ਜਪਿਆ ਕਰੋ ਪੰਕਤੀਆਂ ਦਾ ਜਾਪ ਕਰਦੇ ਜਾਇਆ ਕਰੋ ਜਾਂ ਮੂਲ ਮੰਤਰ ਕਰੋ ਗੁਰ ਮੰਤਰ ਕਰੋ ਜਾਂ ਫਿਰ ਕਿਆ ਕਰੋ ਪਾਤਸ਼ਾਹ ਜੀਓ ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ ਗੁਣ ਗਾਵਾ ਦਿਨ ਰਾਤ ਨਾਨਕ ਚਾਓ ਇਹੋ ਇਹ ਇਹ ਭਾਵਨਾ ਕਰਦੇ ਹੋਏ ਇਹ ਕਾਮਨਾ ਕਰਦੇ ਹੋਏ ਸਾਨੂੰ ਜ਼ਰੂਰ ਗੁਰੂ ਦੇ ਦਰ ਤੇ ਜਾਣਾ ਚਾਹੀਦਾ ਹੈ ਤੇ ਪਿਆਰਿਓ ਮੇਰੀ ਬੇਨਤੀ ਹੈ ਕਿ ਇਹ ਕਰਦੇ ਜਾਇਓ ਕੁਝ ਕੁ ਦਿਨ ਫਿਰ ਵੇਖਿਓ ਕਿਵੇਂ ਕਿਰਪਾ ਹੁੰਦੀ ਹੈ ਜਿੱਥੇ ਆਪਾਂ ਗੁਰੂ ਘਰ ਦੇ ਵਿੱਚ ਐਂਟਰ ਹੋਣੇ ਨਾ ਆਪਾਂ ਜੋੜੇ ਲਾਤੇ ਚੰਗੀ ਤਰ੍ਹਾਂ ਜਰਾਬਾਂ ਉਤਾਰ ਕੇ ਜਿੱਥੇ ਆਪਾਂ ਪੈਰ ਧੋਣੇ ਆ ਨਾ ਚਰਨ ਗੰਗਾ ਚ ਉੱਥੇ ਸਾਰਾ ਕੁਝ ਹੰਕਾਰ ਮੋਹ ਮਾਇਆ ਸਭ ਕੁਝ ਟੋਟਲ ਉਹਦਿਆਂ ਦਾ ਹੰਕਾਰ ਉੱਥੇ ਪੈਰਾਂ ਦੀ ਮੈਲ ਨਾਲ ਹੀ ਧੋਦਿਆ ਕਰੋ ਤੇ ਅੰਦਰ ਮੰਗਤੇ ਬਣ ਕੇ ਜਾਇਆ ਕਰੋ ਜਾਤ ਚੱਕ ਮੰਗੇ ਦਾਨ ਦੇਹ ਪਿਆਰਿਆ ਇਹ ਭਾਵਨਾ ਲੈ ਕੇ ਜਾਇਆ ਕਰੋ ਗੁਰੂ ਦੇ ਦਰ ਤੇ ਤੇ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਪਿਆਰਿਓ ਇੱਥੇ ਤੇ ਉਹਨਾਂ ਦੀਆਂ ਝੋਲੀਆਂ ਭਰ ਗਈਆਂ ਜਿਹੜੇ ਮੰਗਤੇ ਸੀ ਭਿਖਾਰੀ ਸੀ ਜਿਨ੍ਹਾਂ ਤੋਂ ਆਪਾਂ ਵਿਸ਼ਵਾਸ ਨਹੀਂ ਕਰ ਸਕਦੇ ਵੀ ਇਹਨਾਂ ਕੋਲ ਕੀ ਹੋਏਗਾ ਗੁਰੂ ਨੇ ਉਹਨਾਂ ਨੂੰ ਵੀ ਸਭ ਕੁਝ ਦਿੱਤਾ ਪਿਆਰਿਓ ਪਾਰਸ਼ਾ ਗਿੰਦੇ ਨੇ ਪਾਤਸ਼ਾਹ ਕਹਿੰਦੇ ਨੇ ਗੁਰੂ ਦੀ ਬਾਣੀ ਵਿੱਚ ਬੜੇ ਪਿਆਰੇ ਬਚਨ ਨੇ ਪਾਤਸ਼ਾਹ ਕਹਿੰਦੇ ਕੀੜਾ ਥਾਪ ਦੇ ਪਾਤਸ਼ਾਹ ਹੀ ਲੱਖ ਲਸ਼ਕਰ ਕਰੇ ਸੁਆਹਾ ਪਾਤਸ਼ਾਹ ਕਹਿੰਦੇ ਨੇ ਇੱਕ ਕੀੜੇ ਨੂੰ ਵੀ ਥਾਪ ਕੇ ਨਾ ਲਸ਼ਕਰ ਦੇ ਸਕਦਾ ਹੈ ਤੇ ਲੱਖਾਂ ਲਸ਼ਕਰਾਂ ਵਾਲੇ ਰਾਜਿਆਂ ਨੂੰ ਮਿੱਟੀ ਚ ਮਿਲਾ ਸਕਦਾ ਹੈ ਪਿਆਰਿਓ ਇਹ ਐਸਾ ਸਤਗੁਰ ਹੈ ਅਸੀਂ ਉਸ ਗੁਰੂ ਕੋਲੇ ਚੱਲੇ ਆ ਇਹ ਮਾਨ ਹੋਵੇ ਅਸੀਂ ਉਸ ਸਤਗੁਰ ਕੋਲੇ ਚੱਲੇ ਆ ਇਹ ਮਾਨ ਹੋਵੇ ਸਾਨੂੰ ਪਿਆਰਿਓ ਜਿਹੜਾ ਝੋਲੀਆਂ ਭਰਦਾ ਹੈ ਜਿਹੜਾ ਸਤਗੁਰ ਸੱਚੇ ਪਾਤਸ਼ਾਹ ਦੇ ਦਰ ਤੋਂ ਅੱਜ ਤੱਕ ਕੋਈ ਖਾਲੀ ਨਹੀਂ ਮੁੜਿਆ ਤੇ ਜਿਸ ਦਰ ਤੋਂ ਅੱਜ ਤੱਕ ਨਾ ਕੋਈ ਖਾਲੀ ਮੁੜਿਆ ਤੇ ਨਾ ਕਿਸੇ ਨੇ ਮੁੜਨਾ ਸਾਨੂੰ ਇਹ ਮਨ ਦੇ ਵਿੱਚ ਭਾਵਨਾ ਹੋਵੇ ਤੇ ਪਿਆਰਿਓ ਫਿਰ ਵੇਖਿਓ ਕਿਵੇਂ ਗੁਰੂ ਦੀ ਕਿਰਪਾ ਹੁੰਦੀ ਆ ਗੁਰੂ ਘਰ ਜਾਈਏ ਬੜੇ ਪਿਆਰ ਨਾਲ ਬੜੇ ਅਦਬ ਨਾਲ ਬੜੇ ਸਤਕਾਰ ਨਾਲ ਜਾ ਕੇ ਮੱਥਾ ਟੇਕੀਏ ਸਤਗੁਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੱਥਾ ਟੇਕੀਏ ਤੇ ਮਾਣ ਹੋਵੇ ਆਪਣੇ ਗੁਰੂ ਤੇ ਇਹ ਭਾਵਨਾ ਰੱਖਿਆ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ